ਬਹੁਤ ਪਟਿਆਲਾ ਮਸਤੀ ਹੈ, ਆਡੀਟੋਰੀਅਮ ਹਾਲ ਦੇ ਵਿੱਚ ਬਿਲਕੁਲ ਭਗਵੰਤ ਸ਼ਾਂਤ ਮਾਨ ਜੀ ਨੇ ਵੱਡੇ ਵੱਡੇ ਮਸਲਿਆਂ ਆਡੀਟੋਰੀਅਮ ਦੇ ਦੇ ਵਿੱਚ ਅੱਜ ਉੱਤੇ ਕੁਝ ਬਹੁਤ ਹੀ ਵਾਅਦੇ ਕੀਤੇ ਪੂਰੇ, ਉਹਨਾਂ ਬਾਰੇ ਸਮਾਗਮ ਲਿਆ ਦੱਸਣ ਜੋ ਲੱਗੇ ਆ। ਆਓ ਪੰਜਾਬ ਦੇਖਦੇ ਹਾਂ ਕੀ ਸਟੇਟ ਕਹਿ ਪਾਵਰ ਰਹੇ ਆ ਕਾਰਪੋਰੇਸ਼ਨ ਤੇ ਭਗਵੰਤ ਪੰਜਾਬ ਮਾਨ ਸਟੇਟ ਜੀ। ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਲਗਭਗ 2000 ਦੇ ਕਰੀਬ ਐਸਡੀਓਜ਼ ਤੋਂ ਲੈ ਕੇ ਚੀਫ ਇੰਜੀਨੀਅਰਸ ਤੱਕ ਬਿਜਲੀ ਬੋਰਡ ਦਾ ਪਰਿਵਾਰ ਇਕੱਠਾ ਹੋਇਆ। ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਮੌਕੇ। ਔਰ ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਚਾਹੇ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚੋਂ ਪਾਰਟੀ ਨਿਕਲੀ ਹੈ, ਜਦੋਂ ਪਹਿਲੀ ਵਾਰ ਸਰਕਾਰ ਬਣੀ ਸੀ ਉੱਥੇ ਦਿੱਲੀ 'ਚ, ਤਾਂ ਮੁਹੱਲਿਆਂ 'ਚ ਜਾ ਜਾ ਕੇ ਬਜਟ ਬਣਾਏ ਸੀ ਕਿ ਮੁਹੱਲੇ ਦੇ ਲੋਕਾਂ ਨੂੰ ਪੁੱਛੋ ਬਜਟ ਕਿ ਕੀ ਬਜਟ ਦੇ ਵਿੱਚ ਕੀ ਚਾਹੀਦਾ। ਇਹ ਮੈਂ ਫਿਰ ਕਹਿੰਦਾ, ਮੈਂ ਅਕਸਰ ਕਹਿੰਦਾ ਹੁੰਦਾ, ਏਸੀ ਕਮਰਿਆਂ 'ਚ ਬੈਠ ਕੇ ਡਿਸੀਜ਼ਨ ਨਹੀਂ ਹੋ ਸਕਦੇ, ਜੇ ਹੋ ਜਾਣਗੇ ਤਾਂ ਇੰਪਲੀਮੈਂਟ ਨਹੀਂ ਹੋ ਸਕਦੇ, ਜੇ ਇੰਪਲੀਮੈਂਟ ਹੋ ਜਾਣਗੇ ਤਾਂ ਉਹਨਾਂ ਦੇ ਰਿਜ਼ਲਟ ਅੱਛੇ ਨਹੀਂ ਆਉਂਦੇ। ਜਿੰਨਾ ਚਿਰ ਤੁਸੀਂ ਸਟੇਕ ਹੋਲਡਰਸ ਕੋਲ ਨਹੀਂ ਜਾਂਦੇ, ਜਿੰਨਾ ਚਿਰ ਇੱਕ ਖੰਭੇ 'ਤੇ ਚੜ੍ਹਨ ਵਾਲੇ ਮੁਲਾਜ਼ਮ ਤੋਂ ਨਹੀਂ ਪੁੱਛਿਆ ਜਾਂਦਾ ਜੈਂਪਰ ਜਿਹੜੇ ਨੇ ਉਹਨਾਂ ਦੀ ਹਾਲਤ ਕੀ ਹੈ, ਉਹਨਾਂ ਚਿਰ ਆਪਾਂ ਨਹੀਂ ਕਰ ਸਕਦੇ ਠੀਕ ਇਹਨਾਂ ਨੂੰ। ਮੈਂ ਵੀ ਟਰਾਂਸਫਾਰਮਰ ਦੇ ਉੱਤੇ ਚੜ੍ਹ ਚੜ੍ਹ ਕੇ ਬਹੁਤ ਵਾਰੀ ਫਿਊਜ ਬਦਲੇ ਨੇ, ਬਹੁਤ ਵਾਰੀ ਫਿਊਜ ਬਦਲੇ ਆ। ਸੋ ਕਿਉਂਕਿ ਪਿੰਡਾਂ 'ਚੋਂ ਆਏ ਇਸ ਕਰਕੇ ਬਿਜਲੀ ਨਾਲ ਤਾਂ ਬਹੁਤ ਜ਼ਿਆਦਾ ਸੰਬੰਧ ਹੈ। ਉਹ ਦਿਨ ਵੀ ਦੇਖੇ ਹੋਏ ਨੇ ਪੰਜਾਬ ਨੇ, ਜਦੋਂ ਬਿਜਲੀ ਦੇ ਬਹੁਤ ਵੱਡੇ ਵੱਡੇ ਕੱਟ ਲੱਗਦੇ ਹੁੰਦੇ ਸੀ, ਬਹੁਤ ਲੰਬੇ ਲੰਬੇ। ਉਹ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ, ਉਹਨੂੰ ਕਹਿਤਾ ਵੀ ਪਿੰਡਾਂ 'ਚੋਂ ਪੰਜਾਬੀ ਸਿੱਖੀ ਜਾ ਸਕਦੀ ਹੈ, ਪਿੰਡਾਂ 'ਚ ਠੇਠ ਪੰਜਾਬੀ ਬੋਲਦੇ ਆ। 20-25 ਦਿਨਾਂ ਬਾਅਦ ਚਲਿਆ ਗਿਆ ਵਾਪਸ ਆਪਣੇ ਦੇਸ਼, ਉਹ ਕਹਿੰਦੇ ਸਿੱਖਿਆ ਆਇਆ, ਕਹਿੰਦਾ ਹਾਂ ਸਿੱਖ ਲਈ ਪੰਜਾਬੀ, ਸੌਖੀ ਹੈ। ਕਹਿੰਦਾ 20-25 ਦਿਨ ਰਿਹਾ ਸੀ ਇੱਕ ਪਿੰਡ 'ਚ, ਕਹਿੰਦੇ ਕੀ ਬੋਲ ਕੇ ਦਿਖਾ, ਕਹਿੰਦਾ ਲਾਈਟ ਚਲੀ ਗਈ, ਲਾਈਟ ਆ ਗਈ। ਮੈਂ ਤਾਂ ਕਹਿੰਦਾ 25 ਦਿਨ ਰਿਹਾ, ਆਹੀ ਗੱਲ ਸੁਣੀ ਹੈ ਬਸ। ਉਹ ਜਿਹੜਾ ਜ਼ਮਾਨਾ ਸੀ ਉਹ ਹੁਣ ਚਲਾ ਗਿਆ, ਜ਼ਮਾਨਾ ਹੀ ਚਲਾ ਗਿਆ ਹੁਣ, ਉਹ ਤੁਹਾਡੀ ਮਿਹਨਤ ਦੀ ਬਦੌਲਤ। ਪਿਛਲੇ 10 ਮਹੀਨੇ ਲਗਭਗ, ਹਜੇ 11 ਮਹੀਨੇ ਹੋ ਗਏ ਸਰਕਾਰ ਨੂੰ, 1 ਸਾਲ ਦੇ ਵਿੱਚ ਤੁਸੀਂ ਇੰਨੀ ਮਿਹਨਤ ਕਰ ਲਈ, ਜਿਸ ਤਰ੍ਹਾਂ ਹਰਭਜਨ ਸਿੰਘ ਜੀ ਮੰਤਰੀ ਸਾਹਿਬ ਦੱਸ ਰਹੇ ਸੀ ਕਿ ਇਸ ਵਾਰ ਕੱਲ ਹੀ ਮੈਂ ਇੱਕ ਫੰਕਸ਼ਨ 'ਤੇ ਸੀ, ਸਰਕਾਰ ਕਿਸਾਨ ਮਿਲਣੀ PAU ਦੇ ਵਿੱਚ, ਉੱਥੇ ਮੈਂ ਪੁੱਛਿਆ ਕਿ ਹੁਣ ਤਾਂ ਨਹੀਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਵੀ ਬਿਜਲੀ ਆ ਗਈ ਓਏ ਭੱਜੋ ਖੇਤ ਨੂੰ ਭੱਜੋ, ਜਾਂ ਉਹ ਕਹਿੰਦੇ ਜੀ ਹੁਣ ਤਾਂ ਐਂ ਆਉਂਦੀਆਂ ਨੇ ਆਵਾਜ਼ਾਂ, ਇਹ ਜਾਂਦੀ ਹੀ ਨਹੀਂ ਓਏ, ਇਹ ਤੁਹਾਡੀ ਬਦੌਲਤ ਹੈ, ਇਹ ਤੁਹਾਡੀ ਮਿਹਨਤ ਹੈ ਸਾਰੀ। ਨਾ ਨਾ ਤਾਂ ਅਸੀਂ ਘਰੇਲੂ ਸੈਕਟਰ ਨੂੰ ਕੱਟ ਲੱਗਣ ਦਿੱਤਾ, ਨਾ ਹੀ ਖੇਤੀ ਸੈਕਟਰ ਨੂੰ। 8 ਘੰਟਿਆਂ ਦੀ ਕੀ 14-14 15-15 ਘੰਟੇ ਵੀ ਬਿਜਲੀ ਆਈ ਹੈ, ਲੋਕਾਂ ਨੇ ਟਿਊਬਵੈੱਲ ਬੰਦ ਕਰਕੇ ਝੋਨਾ ਲਾਇਆ ਕਿ ਟਿਊਬਵੈੱਲ ਬੰਦ ਕਰ ਦਿਉ, ਆਪਣੇ ਝੋਨੇ ਜੋਗਾ ਪਾਣੀ ਹੋ ਗਿਆ। ਅਤੇ ਉਸ ਨਾ ਹੀ ਅਸੀਂ ਇਸ ਵਾਰ ਇੰਡਸਟਰੀ ਨੂੰ ਕੋਈ ਤੁਗਲਕੀ ਫਰਮਾਨ ਜਾਰੀ ਕੀਤੇ ਵੀ ਹਫ਼ਤੇ 'ਚੋਂ 3 ਦਿਨ ਬੰਦ ਰੱਖੋਗੇ ਤੁਸੀਂ। ਇੰਡਸਟਰੀ ਵੀ ਖੁਸ਼ ਹੈ, ਕਿਸਾਨ ਵੀ ਖੁਸ਼ ਹੈ, ਘਰੇਲੂ ਉਤਪਾਦਕ ਜਿਹੜਾ ਖਪਤਕਾਰ ਵੀ ਖੁਸ਼ ਹੈ। ਸੋ ਬਿਜਲੀ ਬਹੁਤ ਵੱਡਾ ਯੋਗਦਾਨ ਹੈ ਜੀ ਕਿਸੇ ਵੀ ਮੁਲਕ ਦੇ ਵਿਕਾਸ ਦੇ ਵਿੱਚ। ਪਾਵਰ ਜਿਹੜੀ ਹੈ ਉਹ ਤੋਂ ਬਿਨਾਂ ਤੁਸੀਂ ਉਮੀਦ ਨਹੀਂ ਕਰ ਸਕਦੇ, ਜਿਸ ਤਰ੍ਹਾਂ ਦੁੱਬੇ ਸਾਹਿਬ ਨੇ ਕਿਹਾ ਸੀ, ਪਾਵਰ ਪਲੱਸ ਸੋਸ਼ਲਿਜ਼ਮ। ਸੋ ਅੱਜ ਦੇ ਜ਼ਮਾਨੇ 'ਚ ਗ੍ਰੀਨ ਐਨਰਜੀ ਦਾ ਵੀ ਜ਼ਮਾਨਾ ਆ ਗਿਆ, ਹੋਰ ਤਰੀਕੇ ਵੀ ਆ ਗਏ ਬਹੁਤ ਸਾਰੇ, ਬਾਕੀ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਇੱਥੇ, ਮੈਂ ਰਿਪੀਟ ਨਹੀਂ ਜ਼ਿਆਦਾ ਕਰਨੀਆਂ ਚਾਹੁੰਦਾ। ਚਾਹੇ ਉਹ ਕੋਲੇ ਦੀ ਖਾਨ ਪਛਵਾੜਾ ਵਾਲੀ ਚਲਾਉਣੀ ਹੋਵੇ, ਉਹਦੇ ਵਿੱਚ ਬਹੁਤ ਸਾਰੀ ਮਿਹਨਤ ਬਿਜਲੀ ਬੋਰਡ ਦੇ ਵੱਡੇ ਅਫਸਰਾਂ ਦੀ ਲੱਗੀ, ਭਾਵੇਂ ਉਹ ਦੋਨੇ ਥਰਮਲ ਪਲਾਂਟਾਂ ਤੋਂ 83% ਵੱਧ ਬਿਜਲੀ ਪੈਦਾ ਕਰਾਉਣੀ ਹੋਵੇ, ਭਾਵੇਂ ਉਹ ਬਿਜਲੀ ਦੇ ਬਿੱਲ ਜ਼ੀਰੋ ਵਾਲਾ ਜਿਹੜਾ ਗਰੰਟੀ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਉਹਨੂੰ ਲਾਗੂ ਕਰਨਾ ਹੋਵੇ, ਤਾਂ ਕਦੇ ਵੀ ਬਿਜਲੀ ਬੋਰਡ ਨੇ ਮੱਥੇ 'ਤੇ ਤਿਉੜੀ ਨਹੀਂ ਪਾਈ। ਅਤੇ ਜਦੋਂ ਵੀ ਇਹਨਾਂ ਨੇ ਵੀ ਕੋਈ ਸਬਸਿਡੀ ਦੀ ਜਾਂ ਇਹਨਾਂ ਨੇ ਕੋਈ ਸਰਕਾਰ ਵੱਲ ਜਿਹੜੀ ਰਹਿੰਦੀ ਕੋਈ ਰਕਮ ਹੈ ਉਹਦੀ ਗੱਲ ਕੀਤੀ ਹੈ, ਤਾਂ ਅਸੀਂ ਵੀ ਕਦੇ ਮੱਥੇ 'ਤੇ ਤਿਉੜੀ ਨਹੀਂ ਪਾਈ, ਕਿਉਂਕਿ ਇਟਸ ਗਿਵ ਐਂਡ ਟੇਕ, ਜੇ ਇਹਨਾਂ ਨੂੰ ਆਮਦਨ ਹੋਊਗੀ ਤਾਂ ਅੱਗੇ ਜਾਊਗੀ। ਸੋ ਟੈਕਸ ਕਲੈਕਸ਼ਨ ਵਧਾਵਾਂਗੇ, ਚੋਰੀ ਜਿਹੜੀ ਹੈ ਬਿਜਲੀ ਦੀ
जिस तरह दस्या गया 1200 करोड़ रुपए की है, वो वास्ते भी असी हैं। सोशल समाजिक जे चेतना वास्ते कोई मुहिम चलानी पी वह भी चलावांगे। तो बाकी असी सारे सरकारी जिहड़े अदारे ने जिन्ने भी तहसील कंपलैक्स डीसी कंपलैक्स एसडीएम थाने उन्हां दे उपर भी जिहड़े सोलर प्लांट लगणगे उपर छत्तां ते, ते नाल उन्हां नूं इह भी कहता कि तुसीं सारे पहलां आपदे बिजली दे बिल भरो, जिन्ने उन्हां वल बकाया ने उह भी तुहाडे कोल आउणगे, प्लस उन्हां नूं जिहड़े मीटर ने रिचार्ज वाले उह सरकारी अदारियां ते असीं सारियां ते असी वो रिचार्ज मीटर लावांगे, ताकि घट्टो घट्ट सरकारी बिजली नूं सरकार यूज़ करती है वो पैसे तो पहला मिलने चाहिए। बाकी समाजिक चेतना पैदा करके लोग भी तैयार ने, लोग मना नहीं करते, पंजाब के लोग बहुत दरिया दिल ने। सो बाकी जिहड़ियां BBMB की गल की है, ऑलरेडी साड़ी बिजली बोर्ड दे अधिकारियों नाल लिजा के साड़ी गल हो चुकी है बिजली मंत्री साहब नाल, उन्होंने कहा BBMB च देखो पावर का जिहड़ा वो BBMB दे विच अपने कोल है, तो इरीगेशन का वो हरियाणा कोल। सो पावर वाला जिहड़ा साडा जिहड़ा अधिकारी है असी टैंपरेरी तौर पर ला लिया, पर उन्होंने असी पक्की म्याद दे नाल असी वो लावांगे। नंबर 3 ते जिहड़ा सब तो वड्डी गल की है, जिहड़ा अमेंडमेंट आ रही है 2020 बिजली बोर्ड की, वो बिल्कुल सही गल कही है कि वो हौली 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 बिजली बोर्ड नूं प्राइवेट हत्थां च देण दीआं तैयारियां, खंभे आपां गड्ढे, जोर लगा के हईशा कह के ट्रांसफार्मर आपां चाढ़े चैन कुप्पियां नाल, ते आऊगा कोई होर, जिवें पहलां खंभे लाउंदी रहेगी BSNL, आ गया Jio, टावर लाउंदे होर रह गए, एक्सचेंजा बनाउंदे होर रह गए, फायदा किसी होर नूं लै देता, ये नहीं होण दिता जाऊगा। आम आदमी पार्टी ने डट के विरोध किया सी बिजली अमेंडमेंट बिल का, ये इस तो पहला भी लिया चाहते थे जो मैं उत्थे MP सी उदों भी विरोध किया, बिल जिहड़ा स्टैंडिंग कमेटी च है, स्टैंडिंग कमेटी जिहड़ा बिल है उत्थे स्टैंडिंग कमेटी जिहड़ी हुंदी है उत्थे सिविल जिहड़े ने लोग उन्हां नूं भी बुलाया जांदा, NGO नूं भी बुलाया जांदा। मैनू नहीं लगता कोई भी बंदा बाहरों आके जे कोई स्टैंडिंग कमेटी दे अगे कह दूगा कि हाँ जी ये लागू कर दो, क्योंकि सारे नूं पता है कि यह राज्यां दा अधिकार है। सो असी राज्यां दे अधिकारां ते डाके नहीं बजण देवांगे। बिजली दा जिहड़ा अमेंडमेंट 2020 है वह किसी हालत च असी लागू नहीं होण देवांगे। जदों असी आपे इन्ने काबिल हैगे हाँ कि असी चला रहे हाँ बिजली बोर्ड नूं, असी चला रहे हाँ पावर कारपोरेशनां नूं, तो फिर वो बिच पता नहीं क्यों बढ़ते हैं, वो देखते हैं फायदा कित्थे है। हुण तुसीं देखो उड़ीसा तो कहिंदे जे कोला लेके आना है सीधा रेलवे च नहीं आना, पहला उन्हूं तुसीं प्रदीपपुरी बंदरगाह ते लेके जाओ, एक बार भरो उत्थों कोले की जिहड़ी माइन है उत्थों, फिर बंदरगाह ते लेके जाओ, बंदरगाह तो समुद्री जहाज चलाओ, समुद्री जहाज श्रीलंका के उपर दी आऊगा जी, श्रीलंका के उपर दी आके मुंद्रा उतारो जी, मुंद्रा उतार के फिर ट्रेनों भरो जी, फिर पंजाब लै जाओ। ये किसी भी पक्ष तो मतलब कोई गल बनती है कि जे उड़ीसा तो पंजाब आना होया श्रीलंका आना पवे? अच्छा उस बिजली उस कोले नाल असीं की करते हैं, मैं गल कहती मिनिस्टर साहब नूं, मैं कहा जी उस कोले नाल असीं की करते हैं, असीं बिजली पैदा करते हैं, उस बिजली नाल असीं की करते हैं, असीं तुहाडा फूड बॉल हाँ, असीं तुहानूं चौल पैदा करके दिंदे हाँ, असीं तुहानूं कणक पैदा करके दिंदे हाँ, असीं तुहानूं अनाज पैदा करके दिंदे हाँ उस बिजली नाल। तो जदों तुसीं झोना लैके जाना हुंदा उदों स्पैशल ला दिंदे हो, उदों ट्रेनां कित्थे आ जांदियां तुहाडे कोले? फिर तुसीं ऐं करो झोना भी फिर ऐं करो वाया कराची ले जा के फिर मुंद्रा ते लै जाओ। कोई तुक्की नहीं बनदी जनाब, ये तुसीं किसी बच्चे तो भी पुछ लो भी कहूगा कौन किहने फैसला कीता है, कारण उही जिहदा रौला पैंदा है। जे उहदे नां नूं पुठे पासे पढ़ ली इंडिया ही बनता है, एक अद्धा आई का फर्क है बस, अंडानी नूं जे उल्टा लिख ली इंडिया इंडिया अंडानी अंडानी इंडिया, बस आही फायदे देण ते लगे हुए ने, बस इक्को ही बंदा बस चलाऊगा मुल्क नूं। सो इस करके
ਇਹ ਜਿਹੜਾ ਲੁੱਟ ਹੋ ਰਹੀ ਹੈ ਇਹਦੇ ਇਹਦਾ ਸਖ਼ਤ ਵਿਰੋਧ ਕਰਾਂਗੇ ਅਸੀਂ। ਅਸੀਂ ਸੈਕੂਲਰ ਪਾਰਟੀ ਹੈ ਸਾਡੀ, ਅਸੀਂ ਦੇਸ਼ ਭਗਤ ਲੋਕ ਹਾਂ, ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਦੇਸ਼ ਇਸ ਤਰ੍ਹਾਂ ਥੋੜ੍ਹੀ ਅੱਗੇ ਵਧੂਗਾ ਕਿ ਸਾਡੇ ਵਾਲੀਆਂ ਕੋਲੇ ਦੀਆਂ ਮਾਈਨਾਂ ਜਿਹੜੀਆਂ ਨੇ ਉਹਨਾਂ ਨੂੰ ਛੇੜੋ ਨਾ, ਆਸਟ੍ਰੇਲੀਆ ਤੋਂ ਪਰਥ ਤੋਂ ਕੋਲਾ ਲੈ ਕੇ ਆਓ। ਪਰਥ ਵਾਲੀਆਂ ਕਿਹਦੀਆਂ ਨੇ? ਪ੍ਰਧਾਨ ਮੰਤਰੀ ਦੇ ਨਾਲ ਜਾਂਦੇ ਆ ਜਨਾਬ, ਅਡਾਨੀ ਦੀਆਂ। ਮੰਗੋਲੀਆ ਦੇ ਵਿੱਚ ਭਾਰਤ ਨੇ ਹੈਲਪ ਕੀਤੀ ਮੰਗੋਲੀਆ ਨੂੰ $1 billion ਦੀ, ਕਿ ਮੰਗੋਲੀਆ ਜਿਹੜਾ ਮੁਲਕ ਹੈ ਗਰੀਬ ਮੁਲਕ ਹੈ, $1 billion ਦਿੰਦੇ ਹਾਂ ਸੜਕਾਂ ਬਣਾਉਣ ਵਾਸਤੇ। ਸੜਕਾਂ ਕਿਹੜੀਆਂ ਬਣਾਈਆਂ ਉੱਥੇ? ਜਿਹੜੀਆਂ ਅੰਡਾਨੀਆਂ ਦੀਆਂ ਜਿਹੜੀਆਂ ਬਿਜਨਸ ਨੇ ਉਹਨਾਂ ਤੋਂ ਏਅਰਪੋਰਟ ਤੱਕ ਜਾਂਦੀਆਂ ਨੇ, ਉਹ ਬਣਾ ਦਈਆਂ। ਮਤਲਬ ਸੜਕਾਂ ਵੀ ਮੰਗੋਲੀਆ 'ਚ ਅਸੀਂ ਵੀ ਬਣਾਈਏ ਉਹਨਾਂ ਵਾਸਤੇ। ਇਹਦਾ ਸਖ਼ਤ ਵਿਰੋਧ ਹੋਣਾ ਚਾਹੀਦਾ। ਇਸ ਤਰ੍ਹਾਂ ਸਰਕਾਰਾਂ ਚੁਣੀਆਂ ਹੋਈਆਂ ਸਰਕਾਰਾਂ, ਜੇ ਇੱਦਾਂ ਪ੍ਰਾਈਵੇਟ ਵਪਾਰ, ਜਦੋਂ ਦੇਖੋ ਕਹਾਵਤ ਹੈ, ਜੇ ਜਿਸ ਦੇਸ਼ ਦਾ ਰਾਜਾ ਵਪਾਰੀ, ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ। ਜਦੋਂ ਰਾਜੇ ਹੀ ਵਪਾਰ ਕਰਨ ਲੱਗ ਜਾਣਗੇ ਫਿਰ ਜਨਤਾ ਕੋਲ ਕੀ ਬਚੂਗਾ? ਫਿਰ ਸਰਕਾਰਾਂ ਦਾ ਕੰਮ ਹੁੰਦਾ ਸਹੂਲਤਾਂ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਮੁਤਾਬਕ ਕਾਨੂੰਨ ਬਣਾਉਣਾ, ਪੁਰਾਣੇ ਕਾਨੂੰਨ ਜਿਹੜੇ ਲੋਕਾਂ ਨੂੰ ਤੰਗ ਕਰ ਰਹੇ ਉਹਨਾਂ 'ਚ ਸੋਧਾਂ ਕਰਨੀਆਂ। ਇੱਥੇ ਉਲਟਾ ਹੁੰਦਾ, ਤੰਗ ਕਰਨ ਵਾਲੇ ਕਾਨੂੰਨ ਬਣਾਉਂਦੇ ਆ। ਮੇਰੇ ਕੋਲ ਅਸੀਂ ਇਨਵੈਸਟਮੈਂਟ ਸਬਮਿਟ ਕਰ ਰਹੇ ਹਾਂ 23-24 February ਨੂੰ ਮੋਹਾਲੀ ਵਿਖੇ, ਬਹੁਤ ਵੱਡੇ ਵੱਡੇ ਇੰਡਸਟਰੀਲਿਸਟ ਆ ਰਹੇ ਨੇ, ਔਰ ਆਪ ਜਾ ਕੇ ਹੈਦਰਾਬਾਦ, ਚੇਨਈ, ਮੁੰਬਈ ਆਪ ਜਾ ਕੇ ਉਹਨਾਂ ਨੂੰ ਮਿਲੇ ਹਾਂ ਅਤੇ ਬੇਨਤੀ ਕੀਤੀ ਹੈ ਕਿ ਆਓ ਪੰਜਾਬ ਨੂੰ ਥੋੜ੍ਹਾ ਜਿਹਾ ਆਓ। ਲਗਭਗ 90% ਦੀ ਬੈਕਗਰਾਊਂਡ ਪੰਜਾਬ ਤੋਂ ਹੈ, ਏਅਰਟੈੱਲ ਵਾਲੇ ਪੰਜਾਬ ਤੋਂ ਹੈ, ਜ਼ੋਮੈਟੋ ਵਾਲਾ ਮੁੰਡਾ ਫਰੀਦਕੋਟ ਤੋਂ ਹੈ, ਓਲਾ ਵਾਲੇ ਪੰਜਾਬ ਤੋਂ ਹੈ, ਫਲਿੱਪਕਾਰਟ ਪੰਜਾਬ ਤੋਂ ਹੈ। ਸਾਡੇ ਕੋਲ ਤਾਂ ਇੰਨਾ ਕੁਛ ਪਿਆ, ਪਰ ਉਹ ਪ੍ਰੋਬਲਮ ਇਹ ਸੀਗੀ ਪਹਿਲਾਂ ਜਦੋਂ ਆਉਣਾ ਚਾਹੁੰਦੇ ਸੀ, ਉਹ ਆਉਂਦੇ ਤਾਂ ਪਹਿਲਾਂ ਚਾਹੁੰਦੇ ਸੀਗੇ, ਉਦੋਂ ਸਿਰਫ ਇੱਕ ਪਰਿਵਾਰ ਨਾਲ MOU ਕਰਨਾ ਪੈਂਦਾ ਸੀ। ਹੁਣ ਜਦੋਂ ਆਉਣਗੇ ਨਾ 23-24 ਨੂੰ, ਉਹ ਇੱਕ ਪਰਿਵਾਰ ਨਾਲ ਨਹੀਂ, ਪੰਜਾਬ ਦੇ 30 million 3 crore ਲੋਕਾਂ ਨਾਲ MOU ਕਰਕੇ ਜਾਣਗੇ। ਹੁਣ ਆਓ ਕੰਮ ਕਰੋ, ਅਸੀਂ ਤੁਹਾਨੂੰ ਮਾਹੌਲ ਦਿੰਦੇ ਹਾਂ, ਬਸ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ। ਜਦੋਂ ਕੰਮ ਮਿਲ ਗਿਆ, ਬੇਰੁਜ਼ਗਾਰੀ ਦੀ ਸਮੱਸਿਆ ਹੱਲ, ਆਈਲੈਟਸ ਕਰਕੇ ਬਾਹਰ ਜਾਣ ਦੀ ਸਮੱਸਿਆ ਹੱਲ, ਔਰ ਇੱਕ ਹੋਰ ਸਭ ਤੋਂ ਵੱਡੀ ਗੱਲ, ਤੁਸੀਂ ਆਪਣੇ ਰਿਸ਼ਤੇਦਾਰੀ 'ਚ, ਦੋਸਤਾਂ ਮਿੱਤਰਾਂ 'ਚ ਕੋਈ ਹੱਥ ਖੜਾ ਕਰਕੇ ਕਹਿ ਦਿਓ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ। ਤੁਸੀਂ ਮੈਨੂੰ ਤਾਂ ਕੋਈ ਮਿਲਿਆ ਨਹੀਂ, ਹੋ ਸਕਦਾ ਅੱਜ ਇੱਥੇ ਕੋਈ ਮਿਲ ਜੇ। ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ, ਚਾਹੇ ਤੁਹਾਡੇ ਦੋਸਤ ਦਾ ਬੇਟਾ ਹੋਵੇ, ਚਾਹੇ ਰਿਸ਼ਤੇਦਾਰੀ 'ਚ ਹੋਵੇ ਕੋਈ, ਜਿਹੜਾ ਕੰਮ ਵੀ ਕਰਦਾ ਅਤੇ ਡਰੱਗ ਵੀ ਲੈਂਦਾ, ਹੋ ਹੀ ਨਹੀਂ ਸਕਦਾ। ਉਹਨੂੰ ਕੰਮ ਤੋਂ ਵਿਹਲ ਨਹੀਂ ਮਿਲਦੀ, ਉਹ ਆ ਕੇ ਥੱਕ ਕੇ, ਉਹ ਤਾਂ ਆ ਕੇ ਘਰ ਆਉਂਦਾ ਬੱਚਿਆਂ ਨਾਲ ਖੇਡ ਕੇ, ਰਾਤ ਨੂੰ ਟਾਈਮ 'ਤੇ ਸੌ ਜਾਂਦਾ, ਕੱਲ੍ਹ ਸਵੇਰ ਨੂੰ ਕੰਮ 'ਤੇ ਜਾਣਾ ਹੁੰਦਾ। ਵਿਹਲਾ ਮਨ ਸ਼ੈਤਾਨੀ ਦਾ ਘਰ, ਜਿਹੜੇ ਵਿਹਲੇ ਰਹਿ ਜਾਂਦੇ ਆ, ਕੰਮ ਨਹੀਂ ਹੈਗਾ, ਆਲੇ ਦੁਆਲੇ ਫਿਰ ਅਵੇਲੇਬਿਲਟੀ ਹੈਗੀ ਹੈ ਨੈਗੇਟਿਵ ਲੋਕਾਂ ਦੀ, ਆਹ ਕੋਈ ਗੱਲ ਨਹੀਂ, ਤੂੰ ਇੱਕ ਚੈੱਕ ਤਾਂ ਕਰਕੇ ਦੇਖ ਲਾ, ਦੋਸਤੀ ਦੀਆਂ ਸਹੁੰਆਂ ਖਵਾ ਕੇ ਕੋਈ ਆਪਸ 'ਚ ਉਹ ਕਰਕੇ ਸਕੂਲਾਂ ਵਾਲੇ ਜਵਾਕਾਂ ਨੂੰ ਵੀ ਲਾ ਲੈਂਦੇ ਆ। ਸੋ ਅਸੀਂ ਡਰੱਗ ਦੇ ਸਿਲਸਿਲੇ 'ਚ ਬਹੁਤ ਵੱਡੇ ਵੱਡੇ ਕਦਮ ਹੁਣ ਚੱਕ ਰਹੇ ਹਾਂ, ਸਾਰਾ ਅਸੀਂ ਉਹਦਾ ਜਿਹੜਾ ਹੋਮਵਰਕ ਕਰ ਲਿਆ ਅਤੇ ਉਹਦਾ ਪੂਰਾ ਮੈਪ ਬਣਾ ਲਿਆ, ਪੁਲਿਸ ਨਾਲ ਰੈਗੂਲਰ ਮੀਟਿੰਗਾਂ ਕਰਕੇ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਕਿਹੜੇ ਕਿਹੜੇ ਸੈਕਟਰ 'ਤੇ ਜਾਣਾ ਹੈ, ਸਾਰਾ ਕੁਛ ਸਾਡੇ ਕੋਲ ਉਹ ਜਿਹੜੀਆਂ ਡਿਟੇਲਾਂ ਲੈ ਲਈਆਂ ਨੇ, ਕਿਉਂਕਿ ਟਾਈਮ ਲੱਗ ਰਿਹਾ। ਇਹ ਇੱਕਦਮ ਖਤਮ ਹੋਣ ਵਾਲੀ ਬਿਮਾਰੀ ਨਹੀਂ, ਬਹੁਤ ਜੜ੍ਹਾਂ ਤੱਕ ਲੈ ਗਏ, ਡੂੰਘੇ ਜੜ੍ਹਾਂ ਵੜ ਗਏ, ਤੋ ਉੱਪਰੋਂ ਫਿਰ ਜੇ ਸਪਰੇਅ ਪੱਤਿਆਂ 'ਤੇ ਕਰੀ ਜਾਈਏ, ਸਿਉਂਕ ਜੜ੍ਹਾਂ 'ਚ ਲੱਗੀ ਹੋਵੇ ਫਿਰ ਕੋਈ ਫਾਇਦਾ ਨਹੀਂ। ਕੈਂਸਰ 'ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ, ਉਹਦੇ ਵਾਸਤੇ ਕੀਮੋਥੈਰੇਪੀ ਚਾਹੀਦੀ ਹੈ। ਸੋ ਕੀਮੋਥੈਰੇਪੀ ਕਰਾਂਗੇ, ਔਰ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਮੈਡੀਕਲੀ ਠੀਕ ਕਰਾਂਗੇ, ਫਿਰ ਸਾਈਕੋਲੋਜੀਕਲੀ ਉਹਨਾਂ ਨੂੰ ਸਮਾਜ ਦੇ ਨਾਲ ਜੋੜਾਂਗੇ, ਕਿ ਐਂ ਨਾ ਕਹੋ ਕਿ ਅਸੀਂ ਪਤਾ ਨਹੀਂ ਕੰਮ ਦੇ ਨਹੀਂ ਰਹੇ। ਉਹ ਤੋਂ ਬਾਅਦ ਤੀਜਾ ਕੰਮ, ਉਹਨਾਂ ਨੂੰ ਰੋਜ਼ਗਾਰ ਦੇਵਾਂਗੇ, ਜੇ ਵਿਹਲੇ ਰਹਿ ਗਏ 20-25 ਦਿਨਾਂ ਬਾਅਦ ਫਿਰ ਆ ਜਾਣਗੇ ਵਾਪਸ, ਉਹ ਨਹੀਂ ਤਾਂ ਨਸ਼ੇ ਵਾਲੇ। ਸੋ ਬਾਕੀ ਨਵੀਆਂ ਭਰਤੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ 32,000 ਦੇ ਕਰੀਬ ਤੁਸੀਂ ਕਿਹਾ,
1235 ਤਾਂ ਤੁਸੀਂ ਇਕੱਲੇ BBMP 'ਚ ਹੀ ਦੱਸਿਆ ਅਤੇ ਨਵੀਆਂ ਭਰਤੀਆਂ ਜਿਹੜੀਆਂ ਨੇ ਜਿਉਂ ਜਿਉਂ ਲੀਗਲ ਰਸਤੇ ਸਾਫ਼ ਹੋਈ ਜਾਣਗੇ ਅਸੀਂ ਨਵੀਆਂ ਭਰਤੀਆਂ ਕਰੀ ਜਾਵਾਂਗੇ। ਅਸੀਂ ਕੱਚਾ ਲਫਜ਼ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦੇ ਮੂਹਰੋਂ ਉਹਨਾਂ ਦੇ ਨਾਂ ਦੇ ਮੂਹਰੋਂ ਜਾਂ ਉਹਨਾਂ ਦੇ ਅਹੁਦੇ ਦੇ ਮੂਹਰੋਂ ਕੱਚਾ ਲਫਜ਼ ਹਟਾਉਣਾ ਚਾਹੁੰਦੇ ਹਾਂ। ਮੁਲਾਜ਼ਮ ਮੀਨਸ ਮੁਲਾਜ਼ਮ ਗੌਰਮੈਂਟ ਦਾ ਮੁਲਾਜ਼ਮ। ਸੋ ਸਾਰੇ ਫੈਸਲੇ ਜਿਹੜੇ ਨੇ ਉਹ ਪੰਜਾਬ ਦੇ ਹਿੱਤ 'ਚ ਹੋ ਰਹੇ ਨੇ। 5.5 ਰੁਪਈਏ ਵਾਲੀਆਂ ਰੇਤ ਦੀਆਂ ਖੱਡਾਂ ਖੋਲ੍ਹ ਦਿੱਤੀਆਂ ਗਈਆਂ ਨੇ, ਆਉਣ ਵਾਲੇ ਦਿਨਾਂ 'ਚ ਹੋਰ ਖੋਲ੍ਹਣਗੀਆਂ। ਟੋਲ ਪਲਾਜ਼ੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਖਤਮ ਹੋ ਗਈ ਉਹਨਾਂ ਨੂੰ ਬੰਦ ਕਰਾਂਗੇ, ਹਾਲਾਂਕਿ ਉਹ ਐਕਸਟੈਂਸ਼ਨ ਮੰਗ ਰਹੇ ਨੇ। ਕਦੋਂ ਤੋਂ ਮੰਗ ਰਹੇ ਨੇ? 2013 ਤੋਂ ਮਿਲ ਵੀ ਰਹੀ ਸੀ, ਵਧਾ ਦਿਓ ਜੀ 4 ਸਾਲ, ਚਲੋ ਚੱਕ 4 ਸਾਲ, ਵਧਾ ਦਿਓ ਜੀ 2 ਸਾਲ, ਚੱਕ 2 ਸਾਲ। ਆਪਾਂ ਕਿਹੜਾ ਕਿਸੇ ਟੋਲ ਪਲਾਜ਼ੇ ਨੂੰ ਜਾ ਕੇ ਪੁੱਛਦੇ ਹਾਂ ਵੀ ਭਾਈ ਕਿੰਨਾ ਕੁ ਚਿਰ ਲਾਉਂਗੇ, ਇਹ ਰੇਟ ਵੀ ਵਧਾਈ ਚਲੋ ਨਾਲ। ਇਹ ਲੁੱਟ ਜਿਹੜੀ ਹੈ ਨਹੀਂ ਚੱਲੂਗੀ, ਉਹਦੇ ਵਾਸਤੇ ਸਾਨੂੰ ਚਾਹੇ ਹਾਈ ਕੋਰਟ 'ਚ ਲੜਨਾ ਪਵੇ, ਸੁਪਰੀਮ ਕੋਰਟ 'ਚ ਲੜਨਾ ਪਵੇ, ਜਿਹੜੇ ਟੋਲ ਪਲਾਜ਼ੇ ਦੀ ਜਿਸ ਦਿਨ ਡੇਟ ਖਤਮ ਹੋ ਗਈ ਕੋਈ ਐਕਸਟੈਂਸ਼ਨ ਨਹੀਂ ਉਸੇ ਦਿਨ ਬੰਦ ਹੋਊਗਾ ਰਾਤ 12 ਵਜੇ। ਇਹ ਚੰਗਾ ਕੰਮ ਫੜਿਆ, ਨਾ ਕੋਈ ਕੱਚਾ ਮਾਲ ਲੱਗੇ, ਨਾ ਕੋਈ ਪੋਲਿਊਸ਼ਨ ਸਰਟੀਫਿਕੇਟ ਲੈਣਾ, ਬਸ 3-4 ਐਂ ਘੁਰਨੇ ਜੇ ਬਣਾ ਕੇ ਲੋਕਾਂ ਤੋਂ ਪੈਸੇ ਫੜੀ ਜਾਣੇ, ਇੱਧਰ ਤੋਂ ਫੜ ਲਓ, ਇੱਧਰ ਤੋਂ ਫੜ ਲਓ। ਕੋਈ ਇਨਵੈਸਟਮੈਂਟ ਨਹੀਂ ਇਹ 'ਚ, ਸੜਕਾਂ ਉਹ ਨਹੀਂ ਠੀਕ ਕਰਦੇ, ਐਂਬੂਲੈਂਸਾਂ ਉਹਨਾਂ ਕੋਲ ਹੈ ਨਹੀਂ, ਰਿਕਵਰੀ ਵੈਨਾਂ ਉਹਨਾਂ ਕੋਲ ਹੈ ਨਹੀਂ। 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਾਸ ਬਣਦੇ ਨੇ ਮਹੀਨੇ ਦੇ, ਜਿਹੜੇ 20 ਕਿਲੋਮੀਟਰ ਦੇ ਰੇਡੀਅਸ ਰਹਿੰਦੇ ਨੇ ਉਸ ਟੋਲ ਪਲਾਜ਼ੇ ਤੋਂ, ਕਦੇ ਉਹ ਨਹੀਂ ਬਣਾਏ। ਸੋ ਜਿੱਥੇ ਵੀ ਪੈਸਾ ਬਚੂਗਾ ਪੰਜਾਬ ਦਾ ਅਸੀਂ ਬਚਾਵਾਂਗੇ, ਬਚਾ ਕੇ ਖਜ਼ਾਨੇ 'ਚ ਲਿਆਵਾਂਗੇ। ਉਹ ਖਜ਼ਾਨੇ 'ਚੋਂ ਜਿਹੜਾ ਪੈਸਾ ਹੈ ਉਹ ਤੁਹਾਡੀਆਂ ਤਨਖਾਹਾਂ ਰਾਹੀਂ, ਉਹ ਬਿਜਲੀ ਰਾਹੀਂ, ਉਹ ਇਨਫਰਾਸਟ੍ਰਕਚਰ ਰਾਹੀਂ, ਉਹ ਤੁਹਾਨੂੰ ਬਿਹਤਰ ਸਹੂਲਤਾਂ ਰਾਹੀਂ, ਚੰਗੇ ਸਕੂਲਾਂ ਰਾਹੀਂ, ਮੁਹੱਲਾ ਕਲੀਨਿਕਾਂ ਰਾਹੀਂ, ਚੰਗੇ ਹਸਪਤਾਲਾਂ ਰਾਹੀਂ ਤੁਹਾਡੇ 'ਤੇ ਵਾਪਸ ਲੱਗੂਗਾ। ਉਹ ਪੈਸਾ ਤੁਹਾਡਾ ਪੈਸਾ ਤੁਹਾਨੂੰ ਵਾਪਸ। ਭਗਤ ਸਿੰਘ ਜੀ ਦੀ ਗੱਲ ਕੀਤੀ ਸ਼ੈਲਿੰਦਰ ਜੀ ਨੇ, ਭਗਤ ਸਿੰਘ ਜੀ ਦੇ ਇੱਕ ਸ਼ੇਅਰ ਹੈ, ਕਹਿੰਦਾ ਇਸ ਕਦਰ ਜਾਣਤੀ ਹੈ ਮੇਰੀ ਤਬੀਅਤ ਕੋ ਮੇਰੀ ਕਲਮ, ਇਸ ਕਦਰ ਜਾਣਤੀ ਹੈ ਮੇਰੀ ਤਬੀਅਤ ਕੋ ਮੇਰੀ ਕਲਮ ਕਿ ਇਸ਼ਕ ਵੀ ਲਿਖਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸੋ 100% ਡੈਡੀਕੇਸ਼ਨ ਸਾਡੀ ਪੰਜਾਬ ਪ੍ਰਤੀ ਹੈ ਕਿ ਪੰਜਾਬ ਨੂੰ ਠੀਕ ਕਰ ਲਈਏ। ਬਹੁਤ ਬਲੈਸਡ ਧਰਤੀ ਹੈ, ਬਹੁਤ ਮਿਹਨਤੀ ਲੋਕ ਨੇ ਔਰ ਬਹੁਤ ਜ਼ਿਆਦਾ ਆਸ਼ੀਰਵਾਦ ਗੁਰੂਆਂ ਪੀਰਾਂ ਦਾ ਸ਼ਹੀਦਾਂ ਦਾ ਹੈਗਾ ਸਾਡੇ ਕੋਲ, ਕੋਈ ਕਮੀ ਨਹੀਂ ਜੀ, ਕੋਈ ਕਮੀ ਨਹੀਂ। ਬਸ ਇੱਕ ਸੱਚੀ ਨੀਅਤ ਨਾਲ ਕੰਮ ਕਰਨ ਦੀ ਜੇ ਕਿਤੇ ਡੈਡੀਕੇਸ਼ਨ ਨਾਲ ਆ ਜਾਏ ਸਾਰਿਆਂ ਦੀ, ਇਹੀ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਬਹੁਤ ਵਾਰੀ ਉੱਠਿਆ ਵੀ ਹੈ। ਫਿਰ ਪਾਤਰ ਸਾਹਿਬ ਨੇ ਲਿਖਿਆ ਕਿ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਥੋੜ੍ਹੀ ਜਿਹੀ ਫੁੱਲਾਂ ਜੋਗੀ ਜ਼ਮੀਨ ਹੋਵੇ, ਕਲਮੇ ਆਪਾਂ ਲੱਭ ਲਾਂਗੇ, ਇਸ ਧਰਤੀ 'ਤੇ ਫੁੱਲ ਉੱਗਣਗੇ, ਇਸ ਧਰਤੀ 'ਤੇ ਗਿੱਧੇ ਪੈਣਗੇ, ਭੰਗੜੇ ਪੈਣਗੇ, ਇਹ ਖੁਸ਼ਹਾਲ ਧਰਤੀ ਬਣੂਗੀ ਆਉਣ ਵਾਲੇ ਥੋੜ੍ਹੇ ਦਿਨਾਂ 'ਚ ਹੀ। ਬਸ ਦਿਨਾਂ ਦੀ ਉਹ ਗੱਲ ਹੈਗੀ ਹੁਣ ਤਾਂ ਬਸ, ਕਿਉਂਕਿ ਪਹਿਲਾਂ ਹੀ 70 ਸਾਲ ਲੇਟ ਹੋ ਚੁੱਕੇ ਹਾਂ ਜੀ, ਦਿਨ ਰਾਤ ਮਿਹਨਤ ਕਰਨੀ ਪਊਗੀ। 70 ਸਾਲ ਲੇਟ ਹਾਂ ਜੀ। ਮੇਰੇ ਕੋਲ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਗੌਰਮੈਂਟਾਂ ਕਿਵੇਂ ਕਰਦੀਆਂ ਨੇ, ਇੱਕ ਇੰਡਸਟਰੀਸਟ ਆਏ ਬਹੁਤ ਵੱਡੇ ਨੈਸ਼ਨਲ ਲੈਵਲ ਦੇ ਇੰਡਸਟਰੀਸਟ ਨੇ, ਇੰਟਰਨੈਸ਼ਨਲ ਕੰਮ ਲੈਵਲ 'ਤੇ ਕੰਮ ਕਰ ਰਹੇ, ਕਹਿੰਦੇ ਜੀ ਮੈਂ ਪੰਜਾਬ ਦੇ ਵਿੱਚ 2000 ਕਰੋੜ ਦਾ ਨਿਵੇਸ਼ ਕਰਨਾ। ਮੈਂ ਵੈਰੀ ਗੁੱਡ ਜੀ। ਕਹਿੰਦੇ 1500 ਤੋਂ ਵੱਧ ਮੁੰਡੇ ਕੁੜੀਆਂ ਡਾਇਰੈਕਟ, ਬਾਕੀ 3-4 ਹਜ਼ਾਰ ਨੂੰ ਇਨਡਾਇਰੈਕਟ ਕੰਮ ਮਿਲ ਜੂਗਾ ਜੀ। ਮੈਂ ਕਿਹਾ ਜੀ ਬਹੁਤ ਵਧੀਆ, ਜ਼ਮੀਨ ਅਸੀਂ ਆਪ ਖਰੀਦਾਂਗੇ ਜੀ। ਬਹੁਤ ਵਧੀਆ ਜੀ, ਬਸ ਸਰਕਾਰ ਸਪੋਰਟ ਦੇ ਦਿਓ ਜੀ ਬਸ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਨਹੀਂ ਪਹਿਲਾਂ ਵਾਲੀ ਸਰਕਾਰ ਨੇ ਸਪੋਰਟ ਦਿੱਤੀ ਨਹੀਂ ਜੀ, ਇੱਦੂ ਪਰ ਦੋਨਾਂ ਸਰਕਾਰਾਂ ਕੋਲ ਆਏ ਸੀਗੇ ਜੀ, ਉਹਨਾਂ ਨੇ ਸਪੋਰਟ ਨਹੀਂ ਦਿੱਤੀ, ਤੁਸੀਂ ਸਪੋਰਟ ਦੇ ਦਿਓ ਜੀ ਬਸ। ਮੈਂ ਸੋਚਿਆ ਸਪੋਰਟ ਕੀ ਮੰਗੂਗਾ, ਵੱਧ ਤੋਂ ਵੱਧ ਕਹੂਗਾ ਵੀ ਸਾਡੇ NOC ਕਲੀਅਰ ਕਰ ਦਿਓ ਜਲਦੀ, ਜਾਂ ਕਹੂਗਾ ਬਿਜਲੀ ਦੇ ਟੈਰਫ ਥੋੜ੍ਹੇ ਜਿਹੇ ਘਟਾ ਦਿਓ ਜੀ, ਹੋਰ ਵੱਧ ਤੋਂ ਵੱਧ ਕੀ ਸਪੋਰਟ ਮੰਗ ਸਕਦਾ। ਮੈਂ ਕਿਹਾ ਜੀ ਵਟ ਕਾਇੰਡ ਆਫ ਸਪੋਰਟ ਯੂ ਨੀਡ, ਕਹਿੰਦਾ ਬਸ ਤੰਗ ਨਾ ਕਰਿਓ ਜੀ। ਜਾਫਰ ਸਾਹਿਬ ਤੁਹਾਡੀਆਂ ਕਵਿਤਾਵਾਂ 'ਚ ਵੀ ਇਹ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਨੇ।
और बनदियां रहियां ने तंग करन वास्ते। व्यापारी जिहड़ा लाल रंग की थैली चक के वोटां वेले इधरली पार्टी कोले फंड देना सीगा जी, वह इस करके नहीं कि उस पार्टी की कोई आइडियोलॉजी या मैनीफेस्टो पसंद है, दूजी पार्टी कोले भी लाल रंग की थैली फंड देना है जी, ना ही उस पार्टी का कोई मैनीफेस्टो का कोई उन्होंने पता है कहदे वास्ते ने वो भी जे तू आ गया भरावा तू ना तंग करी, जे तू आ गया भरावा तू ना तंग करी। सो मैनू लगता ये सब तो वध दुखदायक गल यह है कि सानू अपनिआं ने लुट्टिआ। भगत सिंह जी नूं इह कदे भी डर नहीं सी, ना चिंता सी कि आजादी आऊगी कि नहीं, वह कहते आजादी तो आनी आनी है, आजादी तो बटते पई है। उन्होंने एक डर सी ते एक चिंता सी, वह सही साबित हुई है। कहिंदे आजादी तो बाद देश कि हत्थां च आऊगा, आजादी तो बाद कौन मुल्क नूं संभालूगा। 75 साल हो गए जी आजादी तो बाद, आ देख लो उत्थे खड़े हैं। बल्कि अज गोरे भी उन्हां दा सिर शर्म नाल झुक जांदा होगा भी जिन्ना जिन्ना साडे बजुर्गों तो 200 साल चले लुट्टिया गया इंडिया, ये अपने इंडिया नूं आप ही लुट लेंदे 2 साल च। 10,000 करोड़ का घपला, 50,000 करोड़ का घपला, 1,00,000 करोड़ का घपला। सानू तो यह भी नहीं पता भी 1,00,000 करोड़ नूं लिखण वेले जीरों किन्नियां लगदियां ने, एडे एडे घपले कर ले। किनूं लुट्टिया उन्होंने, उन्हें सिंगापुर लुट लिया, आपां लुट्टिया अपने आप च ही। साडे तो बाद च आजाद हो गए जिहड़े मुल्क ने, वो तरक्कियां करके। यूक्रेन हजे 25 साल होए जी, छोटा जिहा मुल्क है, ठंड पैंदी है, बर्फ पैंदी है, माहौल मतलब मौसम बिल्कुल बड़ी मुश्किल नाल जाना पैंदा। उत्थे साडे किन्ने हज़ारां स्टूडेंट MBBS करन गए हुए ने जी, जदों हुण जंग लगी उदों लियाउणे पए। की गल जी, असीं 75 सालां च मैडिकल कॉलेज ही नहीं बना सके? अच्छा कोई नलायक स्टूडेंट नहीं है भी जिहड़े इत्थे रह गए उत्थे जाणगे? नो, 99.1, 99.3, 99.7, 99.8% नंबर वाले स्टूडेंट पंजाब दे सी बहुत मैनूं मिलना है। रोण लग गए, वह कहिंदे की करिए जी इत्थे कोटा सिस्टम है, एडमिशन ही नहीं मिलती, आह मैनेजमेंट का कोटा है, आह फलाने का कोटा है, आह फलाने का कोटा है, असीं रह जांदे जी। सो पंजाब सरकार ने फैसला किया 16 नवें बिल्कुल अल्ट्रा मॉडर्न लेटैसट 2040 वास्ते यानी कि जिहड़े बन गए 16 नवें कॉलेज पंजाब दे विच मैडिकल दे सी बना रहे। 3-3 का जिहड़ा काम शुरू हो गया, कपूरथला हुशियारपुर ते मस्तुआना साहब, थोड़ा जमीनी झगड़ा कोई वो असी कर लाँगे ठीक। इत्थे मैडिकल हब बनावांगे असी, हॉस्पिटल बड़े आउणगे, NRI बहुत बैठे है। पंजाब दुबे जी, पंजाब दुनिया की वाहिद स्टेट है, दुनिया की इकलौती स्टेट है जिसकी फ्रेंचाइज है। बहुत से पंजाब है हमारे पास, वैनकूवर में एक पंजाब है, टोरंटो में एक पंजाब है, कैलगरी में पंजाब है, लंदन में पंजाब है, ऑकलैंड में, हैमिल्टन में, मेलबर्न में, पर्थ में, सिडनी में पंजाब है, सिंगापुर में एक पंजाब है, मतलब कनाडा में तो हमारे MPs हैं, 10-10 MP जीतते हैं हमारे, गवर्नमेंट में मिनिस्टर हैं ट्रूडो गवर्नमेंट में। टोरंटो में या सरी में अगर रॉन्ग नंबर भी मिला हो ना तो भी आगे से सत श्री अकाल ही बुलाते हैं, क्योंकि उठाएगा तो पंजाबी उठाएगा कोई ना कोई। असी मार्शल कौम है सर, असी दुनिया जिथे भी जाइए भावें जिहड़े मर्जी हालातों जाइए पर बहुत जल्दी असी सक्सैसफुल हो जाने। पंजाबी पूरी दुनिया च मिलणगे पर सक्सैसफुल मिलणगे, पंजाबी कदे भीख मंगदा नहीं देखे होना तुसीं कदे। बल्कि साडा तां लंगर गुरु साहब ने 20 रुपयां दा हिस्सा शुरू किया एक बारी, रहिंदी दुनिया तक खत्म नहीं होने 20 रुपये। जिथे कोई दिक्कत, तुर्की च भूचाल आया, सीरिया च लंगर लगे पिया जी गुरु साहब, जिथे कोई दिक्कत आती है सब असी जिहड़े लंगर लाने वास्ते असी पहले मेज़बानी वास्ते मन्ने गए हैं। सो साडे बिजली बोर्डां नूं कोई होर हाथ पावे, साडियां संस्थावां नूं कोई होर कहे असी लैणा, इत्थों फायदा ये हो नहीं सकता। सो पोलिटिकल स्टेबिलिटी है, कोई सरकार नूं कोई तंग करन वाला नहीं हैगा,
92 सीटां ने 117 चो पोलीटिकल स्टेबिलिटी है और यंग है सारे नौजवान है सारे नवी सोच है तो नवी सोच के मुताबिक असी बिजली नू भी नवी तरीके नाल वरतांगे और इस बार साड़ी जिहड़ी बहुत एक्सपर्टां नाल साड़ी गल हो रही है असी झोने नू असी घटा रहे हाँ रकबा उहदे थल्लों उहदे च होर अल्टरनेटिव जिहड़ियां फसलां ने उहनां नू असी बीज के असी जे साडा झोने का रकबा घट जूगा तो बिजली की सबसिडी वजूगी बिजली तो तुहानू कोई दिक्कत नहीं आनी जिहड़ी जून जुलाई अगस्त दे विच देखी जाती है सो उही जिहड़ी सबसिडी बचूगी उही तुहानू दित्ती जाऊगी थोड़ी आओ क्योंकि असी इधर भी देनी है उधर भी देनी है सो उस सबसिडी नू आपां होर विकास कारजां ते तुहाडे मुलाजमां लई जां उहनां दे बच्चियां लई जां होर कर्मचारियों के लिए भलाई फंडा च वरत लाँगे सो मैं तो यही कहूँगा कि एक बारी सारे अज कट्ठे तुसी होए हो जरूर इस बारे विचार करो कि बिजली जिहड़ी वह अपनी है आप आम तौर पर कहने हुन्ने आ कि सरकारी बस फूक दिंदे आ सरकारी बस नूं फूक के कह दिंदे आ सरकार नूं घाटा पै गया जनाब जी लैने तो सरकार ने थोड़े तो ही ने किसी ना किसी तरीके नाल किवें ना किवें वह बस के पैसे तो देने पैणगे फिर सो सरकारी ना समझिए चीज़ों सारिया अपने ने सारे सो तुहाडे कोल बहुत सारे गुस्से च भी आउंदे होणगे लोग ग्रिडां च मैनूं पता है कि बिजली नहीं आउंदी फलाने फीडर नूं इन्नी देती सानूं इन्नी देती कट लगदे ने गुस्से च भी आउंदे होणगे उहनां दा कोई तुहाडे नाल कोई निजी नहीं वह अपने खेतां लई जां अपने फसल लई वह कई बार तहस च आ जांदे सो प्यार नाल जे अटेंड कर लिया जाए वह भी बहुत वधिया होगा और मैं भी किसानों नूं मैं यही कहना हुन्ना कि जे कोई मीटर चैक करन वाला आ गया जां कोई बिजली की चोरी फड़न वाला आ गया इहदा मतलब इहनां समझो कि उहदे घरे जाणगे उह उहदा मुलाजम है ड्यूटी कर रहा है उहनूं तां ऑर्डर मिले ने उपरों तुसीं उहनां नूं जिहड़ा तंग करदे हो जां उहनां नूं कई वारी बंदी बना लिया जांदा जी असीं उहनां नूं छड्डदे नहीं उह बिजली ही असीं इन्नी पैदा कर लाँगे कि चोरी करन दा सवाल ही ना पैदा होवे क्योंकि इदू पहलां की हुंदा रहा इदू पहलां हुंदा इह रहा चोरी कोई होर करता रहा जुर्माने किसी होर नूं लगदे रहे ने लीडरां ने भरने पे लैने ने कोई नहीं जांदा जी उत्थे पुलिस वालों ने बड़े बड़े अफसरां दे बिल कोई नहीं चेक कर जांदा वो एक पिंड दे विच ना मझां मरन लग गईआं मतलब मझां चोरी होण लग गईआं एक दिन एक मझ चोरी हो गई दूजे दिन दो हो गईआं तीजे दिन फिर दो चोरी हो गई चौथे दिन फिर चार पांच मझां चोरी हो गई उत्थे पिंड दे विच एक कोई साध संत रहिंदा सी डेरे ते उत्थे किते धूनी लाई हुई सी कहिंदे बाबा जी कोल चलदे आ बड़े करनी वाले ने कहिंदे बाबा जी चार पांच दिन तो मझां चोरी हो रहीआं ने कोई दसो तरीका वह कहिंदा कोई खास तरीका नहीं हैगा एक चादर तान लिओ चारे कोने फड़ लिओ चार जाने चादर तान के अनाउंसमेंट कर दो पिंड च भी ये चादर के थलों की लंघो पिंड के हरेक बंदे नूं चादर के थलों की लंघाई जाओ जिन्हें मझां चोरी कीते होणगीआं चादर के थलों की लंघन सार मर जूगा पिंड च अनाउंसमेंट करती लंघाई गए पिंड च सारियां बुढ़िया भी लंघा लिया नौजवान भी बजुर्ग भी सारा पिंड लंघ गया कोई मरिया ही नहीं कारण पता की सी जिहड़े मझां चोरी करते सी उहदा चादर फड़ी गए सी आही अपने नाल होया जिहड़े चोरी करते सी उह चादर लई खड़े सी आपां चोर आपदे आप चों लभी जांदे वी इत्थे होणगे चादर आणे नूं फड़ांगे चादराने सो मैं थोड़ा इस मैनू बहुत सारे कह देने भी मैं क्या भी अब इंजीनियर का फंक्शन है बहुत वड्डी गल है आप जावे कई बार कुछ कितने होर फंक्शन पर जाना होंगे कई बार मैनू कह देने सर छोटे फंक्शन ना जाया करो क्यों सर प्रोटोकॉल मुख्यमंत्री का नहीं हुंदा है मैं क्या अच्छा जी पहलां वाले जिहड़े मुख्यमंत्री सी वह नहीं जाते मैं क्या फिर इसे करके तो पहलां वाले ने हुण वाले क्यों नहीं है फिर वो मैं क्या वोटां मंगण दा घर घर जाने बल्कि जो खेतों घर हो उन्होंने कुंडा खड़काने जितने तो बाद कहने चंडीगढ़ आ जाओ नहीं थोड़े को आवेंगे आई कॉन्टैक्ट रहूगा जो मर्जी आ जाओ कोई कमियाँ कोई सुझाव देने
जदों मर्जी साढ़े कोल पहुँच कर लियो। बाकी इन्हां दी परवाह नहीं करनी जिहड़े विरोध विरुद्ध करते हैं। बाज जिहड़ा उन्ने उच्चा उठता हुंदा जिन्नी हवा उहदे विरुद्ध होवे। मैं दीवा हूँ, मैं दिया हूँ, मैं दिया हूँ, ये बात बिल्कुल साफ है। मेरी लड़ाई अंधेरों से है, हवाएं तो बेवजह ही मेरे खिलाफ है। बहुत बहुत धन्यवाद, बहुत बहुत मेहरबानी, ऑल द बेस्ट। अपना रेजोल्यूशन, अपनी सारी जी थोड़ी जी जनरल बॉडी की मीटिंग है उन्होंने कंप्लीट करो। मैं क्योंकि प्रेस कॉन्फ्रेंस करनी है जाके चंडीगढ़, ऑलरेडी मैं थोड़ा जहा लेट हाँ, पर दिल मेरा थोड़े नाल धड़कदा, पंजाब नाल धड़कदा। बाकी बिजली बोर्ड लई और तुहाडे मुलाजमां लई और तुहाडे बच्चियां लई जो कुछ भी करना होया लिख के दे दिओ, किते तुरे जांदे दी बांह फड़ लिओ, आ आ मसला है जी, तुहाडे वास्ते हाजिर हाँ। बहुत बहुत मेहरबानी जफर साहब, तुहाडे दर्शन होया।